ਅਸਲਾਮੁਆਲੇਕਮ ਦੋਸਤੋ ਮੈਂ ਤੁਹਾਡਾ ਭਾਈ ਮੁਹੰਮਦ ਆਸਿਫ ਖਿੱਚੀ ਤੁਸੀਂ ਦੇਖ ਰਹੇ ਹੋ ਆਸਿਫ ਵਲੌਗ YouTube ਚੈਨਲ ਤੇ ਦੋਸਤੋ ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋ ਜਨਾਬ ਇਹ ਇੱਕ ਛੋਟੀ ਜੀ ਡਿਵਾਈਸ ਲੱਗੀ ਖੜੀ ਜਨਾਬ ਸਟੈਂਡ ਦੇ ਉੱਤੇ ਇਹਨੂੰ ਇੱਥੇ ਲੱਗੀ ਨੂੰ ਤਕਰੀਬਨ ਹੋ ਗਏ ਨੇ ਕੋਈ 3-4 ਮਹੀਨੇ ਤੇ ਇਹ ਡਿਵਾਈਸ ਤੁਹਾਨੂੰ ਵਿਖਾਣਿਆ ਹੈ ਰਿਵਿਊ ਕਿਵੇਂ ਦਾ ਹੈ ਇਹਦਾ ਇਹ ਮਤਲਬ ਹੈ ਡਿਵਾਈਸ ਕੀ ਚੀਜ਼ ਹੈ ਤੇ ਇਹ ਜਨਾਬ ਇੱਥੇ ਵਿੱਚ ਜਿਹੜਾ ਨਾ ਲੱਗੀ ਖੜੀ ਹੈ ਜ਼ਮੀਨ ਦੇ ਤੇ ਮਤਲਬ ਕੋਈ ਪਿੰਡ ਪੁੰਡ ਦੇ ਆਲੇ ਦੁਆਲੇ ਨਹੀਂ ਲੱਗੀ ਹੋਈ ਖੁੱਲੇ ਏਰੀਆ ਵਿੱਚ ਲੱਗੀ ਹੋਈ ਹੈ ਤੇ ਇਹਨੂੰ ਜਨਾਬ ਵੇਖ ਵੇਖ ਕੇ ਤੇ ਪਿੰਡ ਵਾਲੇ ਲੋਕਾਂ ਨੇ ਜਿਹੜੀਆਂ ਨਾ ਬੜੀਆਂ ਅੱਛਾ ਮਗੋਈਆਂ ਕੀਤੀਆਂ ਨੇ ਤੇ ਇਹਦੇ ਬਾਰੇ ਬੜੀ ਅਫਵਾਹ ਫੈਲੀਆਂ ਹੋ ਜਾਂਣ ਤਾਂ ਬੜੀਆਂ ਗੱਲਾਂ ਕਰਦੇ ਨੇ ਲੋਕ ਵੀ ਇਹ ਫਲਾ ਹੈ ਤੇ ਫਲਾ ਹੈ ਇਹ ਉਹ ਤੇ ਇਹ ਮਸ਼ੀਨ ਕੀ ਚੀਜ਼ ਹੈ ਇਹਦੇ ਨਾਲ ਗੱਲਬਾਤ ਕਰਨਾ ਹੈ ਤੁਹਾਨੂੰ ਦੱਸਣਾ ਹੈ ਵੀ ਇਹ ਕੀ ਜਨਾਬ ਚੱਲ ਰਹੀ ਹੈ हां जी दोस्तों ਸਾਡੇ ਜਨਾਬ ਭੋਲੇ ਜੇ ਪਿੰਡਾਂ ਵਾਲੇ ਸਾਡੇ ਜੇ ਲੋਗ ਲੇਕਿਨ ਹਰ ਬੰਦੇ ਦੇ ਹੱਥ ਵਿੱਚ ਇੱਕ ਟੱਚ ਮੋਬਾਈਲ ਜ਼ਰੂਰ ਹੈ ਚਾਹੇ ਕੋਈ ਗਾ ਸੱਟਣ ਪੇ ਜਾਂਦਾ ਹੈ ਤੇ ਚਾਹੇ ਕੋਈ ਪੱਠੇ ਵਢਣ ਪੇ ਜਾਂਦਾ ਹੈ ਕਾਛ ਦੇ ਵਿੱਚ ਟੱਚ ਮੋਬਾਈਲ ਜ਼ਰੂਰ ਹੈ ਟਿਕ ਟੋਕਾਂ ਤੇ ਫੇਮਸ ਹੋਣ ਦਾ ਜਨਾਬ ਹਰ ਬੰਦੇ ਨੂੰ ਸ਼ੌਕ ਹੈ ਚਾਹੇ ਕੋਈ ਕਿਸੇ ਫੀਲਡ ਵਿੱਚ ਹੈ ਲੇਕਿਨ ਇਹ ਨਹੀਂ ਪਤਾ ਜਨਾਬ ਵੀ ਇਹ ਕੀ ਚੀਜ਼ ਹੈ ਤੇ ਇਹ ਡਿਵਾਈਸ ਕਿਹਦੀ ਲੱਗੀ ਹੋਈ ਐ ਬੜੀਆਂ ਚਾਹਮਗੋਈਆਂ ਇਹਦੇ ਪਿੱਛੇ ਹੋਈਆਂ ਨੇ ਤੇ ਪਹਿਲੇ ਮੈਂ ਤੁਹਾਨੂੰ ਦੱਸਦਾ ਜਾਵਾਂ ਵੀ ਇਹ ਜਿਹੜਾ ਜਨਾਬ ਉੱਤੇ ਕੋਲੀਆਂ ਜਿਹੀਆਂ ਬੌਹ ਰਹੀਆਂ ਨੇ ਨਾ ਇਹ ਜਿਹੜਾ ਫੇਰਾ ਬੰਨੀ ਖੜੀਆਂ ਨੇ ਇਹ ਜਨਾਬ ਹਵਾ ਨਾਲ ਮੋਟਰ ਕਰੰਟ ਪੈਦਾ ਕਰ ਰਹੀ ਬਾਈ ਕਾਸ਼ਫ ਜਿਹੜਾ ਨਾ ਉਹ ਚੈੱਕ ਕਰ ਰਿਹਾ ਹਵਾ ਵਾਕਿਆ ਹੀ ਉੱਤੇ ਜਿਹੜਾ ਜੱਜਾ ਲੱਗਾ ਖੜਾ ਨਾ ਜਨਾਬ ਇਹ ਜਨਾਬ ਦੱਸਦਾ ਪਿਆ ਬਿਹਵਾਏ ਦੂਦੀ ਚੱਲ ਰਹੀ ਹੈ ਤੇ ਕੌਲੀਆਂ ਜਿਹੜੀਆਂ ਨੇ ਹਵਾ ਨਾਲ ਕਰੰਟ ਪੈਦਾ ਕਰ ਰਹੀਆਂ ਨੇ ਆ ਇਹਦੀ ਵਹਿਰ ਆ ਰਹੀ ਔਰ ਇਹ ਡਿਵਾਈਸ ਸੋਲਰ ਤੇ ਵੀ ਚਲਦੀ ਹੈ ਐਦਰੇ ਸਾਈਡ ਤੇ ਸੋਲਰ ਲੱਗਿਆ ਹੋਇਆ ਹੈ ਔਰ ਐਦਰੇ ਸਾਈਡ ਤੇ ਮੋਟਰ ਲੱਗੀ ਹੋਈ ਜਿਹੜੀ ਹਵਾ ਨਾਲ ਕਰੰਟ ਪੈਦਾ ਕਰਦੀ ਤੇ ਇਸ ਡਿਵਾਈਸ ਨੂੰ ਦਿੰਦੀ ਅੱਛਾ ਇੱਥੋਂ ਦੇ ਲੋਕਾਂ ਨੇ ਜਨਾਬ ਪਹਿਲੇ ਤਾਂ ਇਹ ਅਫਵਾਹ ਫੈਲਾਈ ਕਿ ਜਨਾਬ ਕੋਈ ਅਦਾਰਾ ਜਾਂ ਕੋਈ ਬੰਦਾ ਜਨਾਬ ਇੱਥੇ ਡਿਵਾਈਸ ਲਾ ਗਿਆ ਹੈ ਵੀ ਇਹ ਜਨਾਬ ਜੇ ਸੂਸੀ ਹੋ ਰਹੀ ਆ ਇਲਾਕੇ ਦੀ ਤੇ ਇਹ ਜਸੂਸੀ ਕਰ ਰਹੀ ਹੈ ਜਨਾਬ ਇਹ ਡਿਵਾਈਸ ਫਿਰ ਜਨਾਬ ਗੱਲਾਂ ਕਰਨੀਆਂ ਸ਼ੁਰੂ ਕਰਦੇ ਤਾਂ ਮਨੇ ਨਹੀਂ ਇਹ ਜਸੂਸੀ ਵਾਲੀ ਨਹੀਂ ਇਹ ਤਾਂ ਜਨਾਬ ਫਲਾਣੇ ਜ਼ਿੰਮੇਦਾਰ ਨੇ ਇੱਥੇ ਜ਼ਮੀਨ ਲਈ ਹੋਈ ਆ ਤੇ ਉਹਨੇ ਜਨਾਬ ਇਹ ਇੱਥੇ ਡਿਵਾਈਸ ਇਹ ਇੱਥੇ ਖੰਭਾ ਇਹ ਰੂਟਰ ਜਿਹਾ ਲਗਾਇਆ ਹੈ ਵੀ ਉਹ ਆਦੇ ਨੌਕਰਾਂ ਤੇ ਤੇ ਮੁੰਸ਼ੀਆਂ ਤੇ ਨਜ਼ਰ ਰੱਖਦਾ ਹੈ ਵੀ ਆ ਉਹਦੀ ਸਾਰੀ ਜਨਾਬ ਵਾਈ ਹੈ ਦਵਾਈ ਦੇ ਵਿੱਚ ਕਿਦਰੇ ਖਾਦ ਸਟਿੰਦੀ ਵੀ ਹੋਵੇ ਜਾਂ ਜੋ ਵੀ ਕੰਮ ਹੁੰਦਾ ਵੀ ਹੋਵੇ ਉਹ ਜਨਾਬ ਪਿਛਾਂ ਬੈਠਾ ਹੀ ਨਾ ਨਜ਼ਰ ਰੱਖਦਾ ਨੌਕਰਾਂ ਤੇ ਤੇ ਇਹ ਬੜੀਆਂ ਬੜੀਆਂ ਚਾਮਗੋਈਆਂ ਜਨਾਬ ਇਸ ਡਿਵਾਈਸ ਬਾਰੇ ਹੋਈਆਂ ਨੇ ਲੇਕਿਨ ਕਿਸੇ ਵੀ ਇਹ ਨਹੀਂ ਕੀਤਾ ਵੀ ਅਸੀਂ ਜਨਾਬ ਮੋਬਾਈਲ ਤੇ ਸਰਚ ਕਰਕੇ ਤੇ ਚਲੋ ਇਹਦਾ ਕੋਈ ਬਾਇਓ ਡੇਟਾ ਹੀ ਕੱਢ ਲਈਏ ਇਹ ਵੀ ਇਹ ਕੀ ਚੀਜ਼ ਹੈ ਤੇ ਦੋਸਤੋ ਇਹ ਜਨਾਬ ਡਿਵਾਈਸ ਹੈਗੀ ਵੈਦਰ ਵਾਲੀ ਯਾਨੀ ਕਿ ਮੌਸਮ ਦੱਸਣ ਵਾਲੀ ਮੌਸਮ ਦੱਸਣ ਵਾਲੀ ਜਨਾਬ ਇਹ ਡਿਵਾਈਸ ਹੈ ਤੇ ਇਹ ਡਵਾਈਸ ਦੋਸਤੋ ਇਥੂ ਲੋਕਲ ਇਥੂ ਦਾ ਇਸ ਏਰੀਏ ਦਾ ਜਿਹੜਾ ਨਾ ਮੌਸਮ ਦੱਸਦੀ ਹੈ 15 ਤੋਂ 20 ਆਂਦਿਆਂ ਦਾ ਮੌਸਮ ਦੱਸਦੀ ਹੈ ਇਥੂ ਦੇ ਜ਼ਿੰਮੇਦਾਰ ਨੇ ਜਨਾਬ ਇਹ ਡਵਾਈਸ ਲਗਾਈ ਹੋਈ ਹੈ ਤਾਂ ਕਿ ਮੌਸਮ ਨੂੰ ਵੇਖਦੇ ਹੋਇਆਂ ਜਿਹੜਾ ਨਾ ਖੇਤੀਬਾੜੀ ਕੀਤੀ ਜਾਵੇ ਤੇ ਆਦੀ ਫਸਲ ਨੂੰ ਕੁੰਝਾ ਜਾਵੇ ਜਾਂ ਕੋਈ ਫਸਲ ਲਗਾਈ ਜਾਵੇ ਤੇ ਜਾਂ ਉਹਦੀ ਹਰਵੈਸਟਿੰਗ ਕੀਤੀ ਜਾਵੇ ਤੇ ਇਹ ਡਵਾਈਸ ਜਨਾਬ ਹੈਗੀ ਕਿ ਜਿਹੜੇ ਏਰੀਆ 'ਚ ਲੱਗੀ ਹੋਵੇ ਨਾ ਉਥੋਂ ਦਾ ਲੋਕਲ ਵੈਦਰ ਲੋਕਲ ਮੌਸਮ ਦੱਸਦੀ ਹੈ 15 ਤੋਂ 20 ਦਿਨ ਦਾ ਤੇ ਕਿਸੇ ਵੀ ਨੇ ਕਿਆਸ ਕੀਤਾ ਬਿ ਚਲੋ ਅਸੀਂ ਮੋਬਾਈਲ ਤੇ ਚੈੱਕ ਹੀ ਕਰ ਲਈਏ ਵੀ ਇਹ ਕਿਸ਼ ਹੈ